ਇਸ ਸੁੰਦਰ ਖਿਡੌਣੇ ਨੂੰ ਬਣਾਉਣ ਲਈ ਤੁਹਾਨੂੰ ਇੱਕ ਪਾਰਦਰਸ਼ੀ ਕਾਗਜ਼, ਭਾਵ ਟ੍ਰਾਂਸਪੇਰੈਂਸੀ, ਗੂੰਦ ਅਤੇ ਦੋ ਮੋਤੀਆਂ ਦੀ ਲੋੜ ਹੈ। A4 ਸਾਈਜ਼ ਦੀ ਸਫੇਦ ਸ਼ੀਟ ਨੂੰ ਮੋਟੇ ਕਾਰਡਬੋਰਡ ਗੱਤੇ ਉੱਤੇ ਚਿਪਕਾ ਲਓ। ਹੁਣ ਗੂੰਦ ਨੂੰ ਇਸ ਸ਼ੀਟ ਦੇ ਵਿਚਾਲੇ ਲਗਾਓ ਅਤੇ ਉਸ ਉੱਤੇ ਰੰਗਦਾਰ ਪਾਰਦਰਸ਼ੀ ਤਿੱਤਲੀ ਚਿਪਕਾ ਦਿਓ। ਥੋੜ੍ਹੀ ਦੇਰ ਲਈ ਇੰਤਜ਼ਾਰ ਕਰੋ ਜਦੋਂ ਤੱਕ ਗੂੰਦ ਸੁੱਕ ਨਾ ਜਾਏ। ਹੁਣ ਅਸੀਂ ਬੜੀ ਆਸਾਨੀ ਨਾਲ ਤਿੱਤਲੀ ਦੇ ਦੋਵੇਂ ਖੰਭਾਂ ਨੂੰ ਚੁੱਕ ਕੇ ਦੇਖ ਸਕਦੇ ਹਾਂ। ਹੁਣ ਰਬੜ ਵਾਲੀ ਗੂੰਦ ਨੂੰ ਸੈਂਟਰ ਵਿੱਚ ਲਗਾਓ ਅਤੇ ਉਸ ਦੇ ਵਿੱਚ ਇੱਕ ਮੋਤੀ ਲਗਾਓ ਜਿਸ ਦੀ ਗਲੀ ਨੀਚੇ ਵੱਲ ਹੋਵੇ। ਹੁਣ ਲੈਫਟ ਅਤੇ ਰਾਈਟ ਵਿੰਗ ਦੇ ਕੋਲ ਦੋ ਗਲੀਆਂ ਕਰੋ। ਹੁਣ ਸੂਈ ਦੀ ਮਦਦ ਦੇ ਨਾਲ ਧਾਗੇ ਨੂੰ ਪੰਖ ਦੇ ਨੀਚੋਂ ਭਰੋ ਤਾਂ ਕਿ ਗੱਠ ਇਸ ਨੂੰ ਬਾਹਰ ਆਉਣ ਤੋਂ ਰੋਕੇ ਅਤੇ ਇਸ ਧਾਗੇ ਨੂੰ ਮੋਤੀ ਵਿੱਚੋਂ ਲੰਘਾਓ। ਹੁਣ ਦੋ ਧਾਗੇ ਵਿਚਲੇ ਮੋਤੀ ਵਿੱਚੋਂ ਨਿਕਲਣਗੇ। ਪੰਖਾਂ ਦੇ ਪਿੱਛੇ ਤੁਸੀਂ ਗੱਠ ਦੇਖੋਗੇ ਅਤੇ ਇਹਨਾਂ ਦੋਨਾਂ ਧਾਗਿਆਂ ਨੂੰ ਹਰੇ ਮੋਤੀ ਨਾਲ ਬੰਨ੍ਹ ਦਿਓ। ਇਸ ਕਾਰਡ ਨੂੰ ਤੁਸੀਂ ਦੀਵਾਰ 'ਤੇ ਲਗਾਓ। ਜਦ ਤੁਸੀਂ ਮੋਤੀ ਨੂੰ ਖਿੱਚੋਗੇ ਤਾਂ ਤਿੱਤਲੀ ਆਪਣੇ ਪੰਖ ਫੜਫੜਾਏਗੀ।